Stop. ਭਾਈ ਬਲਾਈਆਂ ਯਾਰ ਲਾਈਵ ਲੱਗ ਗਏ ਜਿਹੜੇ ਇਹ ਆਪਾਂ ਕਰ ਦੇਣੇ ਨੇ ਸੇਲ ਪਾਣੀ ਦੀ ਆਵਾਜ਼ ਆਉ ਦੇਖਿਓ ਨਾ 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 ਨਾੜ ਖੋਲਣ ਜੋਗਾ ਹੀ ਆ ਇੱਕ ਮਾਰਨ ਜੋਗਾ ਨਹੀਂ ਹੋਇਆ ਹਲੇ ਰੇਸੀਆਂ ਉਹਨਾਂ ਨਾ ਹੈ ਉਹੀ ਗੱਲ ਚਲੋ ਜੀ ਹਾਰਨ ਵੀ ਆਪਣੇ ਆ ਗਏ ਤੇ ਬੈਂਡ ਵਾਲਾ ਕੰਮ ਤਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪ੍ਰਦੀਪ ਦੇਖ ਰਿਹਾ ਪ੍ਰਦੀਪ ਵਲੌਗਸ ਤੇ ਮੈਂ ਉਰੇ ਖੜਾ ਸੀਗਾ ਪਿੱਛੇ ਆਪਣੇ ਬੁਲਟ ਖੜਾ ਸੀਗਾ ਉਹ ਉੱਥੇ ਤੇ ਇੱਧਰ ਮੋਟਰ ਖੜਾ ਸੀ ਤੇ ਆਹ ਗੱਡੀ ਦੇਖੋ ਅਸੀਂ ਪਹਿਲਾਂ ਗੱਲਾਂ 'ਚ ਲੱਗੇ ਹੋਏ ਸੀਗੇ ਆਹ ਕਹਿੰਦਾ ਵੀ ਬੁਲਟ ਦਾ ਸਲੈਂਸਰ ਬਦਲ ਦੇਣ ਮੈਂ ਦੱਸਿਆ ਮੈਂ ਬੁਲਟ ਤਾਂ ਹੀ ਬਾਰੇ ਖੜਾ ਵੀ ਇਹਦਾ ਸਲੈਂਸਰ ਬਦਲਣਾ ਆਪਾਂ ਕਮੈਂਟ ਬਹੁਤ ਆ ਗਏ 10 ਮਿੰਟ ਸਾਡੀ ਗੱਲ ਹੋ ਗਈ ਗੱਲਾਂ ਹੋਰ ਵੀ ਲੰਘੀਆਂ ਆਹ ਕਹਿੰਦਾ ਬੁਲਟ ਦਾ ਸਲੈਂਸਰ ਤਾਂ ਬਦਲ ਦੇ ਉਹਨੇ ਫੇਰ ਦੱਸੀ ਗੱਲ ਵੀ ਬਈ ਬਦਲਾਉਣ ਨਹੀਂ ਖੜਾ ਆ ਉੱਥੇ ਪਹਿਲਾਂ ਨਿਕਲ ਜਾ ਕਰੋ ਫੋਨ 'ਚੋਂ ਅਤੇ ਅਸਲ 'ਚ ਹੈਗਾ ਲੋਡ ਦੇ ਵਿੱਚ ਇਹਦਾ ਜਿਹੜਾ ਆਈਫੋਨ ਐਕਸੈਸ ਆ ਇਹ ਥੋੜ੍ਹਾ ਜਿਹਾ ਕਾਂਡ ਕਰਨ ਲੱਗ ਗਿਆ ਖੜਾ ਮੈਂ ਤੁਹਾਨੂੰ ਕੋਈ ਬੰਦਾ ਕੱਟ ਲਾਂ ਦੇਖੋ ਸਭ ਤੋਂ ਪਹਿਲਾਂ ਤਾਂ ਇਹਦੀ ਫੇਸ ਆਈਡੀ ਨਹੀਂ ਚੱਲਦੀ ਠੀਕ ਆ ਇਹ ਤਾਂ ਉਹ ਲੋਡ ਆ ਅਤੇ ਦੂਜਾ ਲੋਡ ਇਹਦੇ ਆਏ ਆ ਇਹ ਟੱਚ ਕੋਈ ਨਾ ਦੱਸਣਾ ਹੀ ਪੈਣਾ ਕਹਿੰਦਾ ਦੇਖੋ ਫੋਨ ਕਿਉਂਕਿ ਇਹਨੇ ਵੇਚਣਾ ਕਿਸੇ ਨੂੰ ਦੇਖੋ ਜਿਹੜੀ ਇੰਨੀ ਇੰਨੀ ਆਹ ਸਾਈਡ 'ਤੇ ਪੱਟੀ ਆ ਨਾ ਵੀ 1% ਉਹ ਟੱਚ ਚੱਲਦੀ ਤਾਂ ਅਸੀਂ ਕੀਬੋਰਡ ਇੱਧਰ ਨੂੰ ਕਰਾਇਆ ਬਸ ਬਾਕੀ ਸਭ ਕੁਝ ਚੱਲਦਾ ਇੰਨੀ ਇੰਨੀ ਟੱਚ ਖੜਾਤੀ ਮਤਲਬ ਇਹਨੇ ਦੇਖੋ ਹਲੇ ਬਾਈ ਮਟਾਵਰ 'ਤੇ ਜਾਣ ਲੱਗ ਗਿਆ ਮੈਨੂੰ ਚੱਕ ਲਓ ਟਾਈਮ ਨਾ ਆ ਕੇ ਤੁਹਾਨੂੰ ਹੋ ਗਿਆ ਵੀ ਨਾ ਸੱਟਣਾ ਚੀਕ ਮਾਰੀ ਉਹਦੇ ਫੋਨ ਨੇ ਨਾਲੇ ਰਾਟ ਨਿਕਲ ਗਿਆ ਫਲੈਸ਼ ਨਾ ਦੂਜੀ ਇੱਕ ਹੋਰ ਚੱਕ ਲਓ ਫਿਰ ਮਾਡਲ ਬਦਲੇ ਸਨਾਸਰ ਨੂੰ ਲੇਬਰ ਵਾਲਾ ਬੰਦਾ ਤੂੰ ਮੈਂ ਮਾੜੀ ਪੈਂਟ ਪੁੰਟ ਬਦਲਿਆ ਮੈਂ ਜਾ ਕੇ ਆ ਜੀ ਗਏ ਵਸੇ ਪੈਂਟ ਬਦਲਿਆ ਜਦੋਂ ਤੂੰ ਸਨਾਸਰ ਖੋਲ ਚਲੋ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਮੋਟਰਾਂ ਦਾ ਖਾਜ ਖਾਸ ਸਭ ਕੁਝ ਬਦਲ ਦੇਣਾ ਕਿਹੜੀ ਲਾਈਟ ਆ ਵੀ ਸ਼ਾਇਦ ਅੱਜ ਬਦਲ ਦਾਂਗੇ ਬਹੁਤ ਸਾਰੀ ਦੁਬਾਰੇ ਪਾਵਾਂਗੇ ਕਿਉਂਕਿ ਮਾਈਨਸ ਵਾਲੀ ਥੋੜ੍ਹੀ ਜਿਹੀ ਫਿੱਕੀ ਆ ਅਤੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸ ਦਵਾਂਗੇ ਬੁਲਟ ਹੈਗਾ ਜਿਵੇਂ ਸਟੋਕ ਇਹਦਾ ਕੋਈ ਚਲਾਨ ਨਹੀਂ ਹੈਗਾ ਮਤਲਬ ਕਿ ਹੈਗਾ ਮਤਲਬ ਬਸ ਅਸੀਂ ਲਾਉਣ ਵਾਲੀ ਹੈਗਾ ਇੱਥੇ ਫਿਲਮ ਜੀ ਜਾਂ ਲਾਈਟ ਜੀ ਬਸ ਬਾਕੀ ਤਾਂ ਕੋਈ ਚਲਾਉਣੀ ਹੋਊਗੀ ਨੰਬਰ ਪਲੇਟ ਬੁਲਟ ਅਤੇ ਸਾਰਾ ਕੁਝ ਜੈਨੂ ਆ ਨਾ ਇੰਡੀਕੇਟਰ ਨੰਬਰ ਪਲੇਟ ਸਾਰਾ ਕੁਝ ਬਾਕੀ ਵਾਰ ਤੁਹਾਨੂੰ ਬਾਅਦ ਸੁਣਾ ਦਾਂਗੇ ਇਹੋ ਜਿਹੀ ਇਹਦੀ ਓਹੋ ਸਾਰਾ ਜਮੀ ਬਾਜ ਹੈ ਨਹੀਂ ਮਤਲਬ ਸਕੂਟਰੀ ਹੋਇਆ ਇੱਕ ਤਰ੍ਹਾਂ ਦੀ ਵੀ ਇੰਜਣ 'ਚ ਆਵਾਜ਼ ਆਉਂਦੀ ਹੈ ਸਲੈਂਸਰ 'ਚ ਨਹੀਂ ਆਉਂਦੀ ਸੋ ਕਿਉਂਕਿ ਸਲੈਂਸਰ 'ਚ ਹੈਗੀਆਂ ਗਲੀਆਂ ਗਲੀਆਂ ਆ ਗਈਆਂ ਜਾਲੀਆਂ ਹੁਣ ਤਾਂ ਇਹਨੂੰ ਬਦਲਣਾ ਮੈਂ ਲੈ ਕੇ ਆਉਣਾ ਮਾਡਲ ਵਾਸਤੇ ਕੀ ਕਹਿੰਦੇ ਨੇ ਚਾਬੀਆਂ ਪਾਨੇ ਦੇਖ ਤਾਂ ਦੇਖ ਹੱਥ ਲੱਗ ਦੇਖ ਹਾਲੇ ਹੁਣ ਵੀ 1 ਸਕਿੰਟ ਤੱਕ ਮਾੜਾ ਦੇਖ ਸੇਕ ਮਾਰਨ ਲੱਗ ਗਿਆ ਫੜ ਕੇ ਰੱਖਿਆ ਤਾਂ ਘੁੱਟ ਕੇ ਇੰਨਾ ਨਹੀਂ ਯਾਨੀ ਕਿ 5-10 ਸਕਿੰਟ ਸਟਾਰਟ ਰੱਖੋ ਫਿਰ ਇਹਨੂੰ ਹੱਥ ਲੱਗਦਾ ਨਹੀਂ ਇੰਨਾ ਗਰਮ ਹੋ ਜਾਂਦਾ ਹੁਣ ਆਪਾਂ ਸਟਾਰਟ ਨਹੀਂ ਕਰਨਾ ਨਹੀਂ ਤਾਂ ਕੰਮ ਖਰਾਬ ਹੋ ਜਾਉ ਹੁਣ ਦੇਖ ਜਦ ਮੈਂ ਆਪ ਪੰਗੇ ਲਏ ਸੀ ਨਾ ਇੱਕ ਤਾਂ ਜਿਹੜੇ ਆਪਾਂ ਗਲਤ ਮਲਤ ਕਰ ਲਿਆ ਨਾ ਆਹ ਨੱਟ ਦੀਆਂ ਚੂੜੀਆਂ ਖਰਾਬ ਹੋ ਗਈਆਂ ਫਿਰ ਆਪਾਂ ਤੋਂ ਕੰਮ ਲੋਟ ਨਹੀਂ ਆਉਣਾ ਇਹ ਵੈਲਡਿੰਗ ਵੁਲਡਿੰਗ ਹੁੰਦੀ ਹੈ ਸੋ ਆਪਾਂ ਧਿਆਨ ਨਾਲ ਕਰਨਾ ਕੰਮ ਹੈ ਹਾਂ ਇਹ ਵੀ ਚੱਲ ਵਾਲਾ ਤੂੰ ਉਹਦਾ ਢਿੱਲਾ ਕਰ ਤਾਂ ਹੋ ਹੀ ਜਾਊ ਹਾਂ ਫੜੇ ਦੇਣਾ ਗੋਟੀ ਨਾਲ ਲੈਣ ਮੈਣ ਇਹ ਕਿਹੜੀ ਆਪਾਂ ਪੀਪਣੀ ਵੀ ਲਾਉਣੀ ਆ ਪੀਪਣੀ ਲਾ ਕੇ ਰੂਟਸੇ ਲਾਵਾਂਗੇ ਦੇਖੋ ਤਾਰਾਂ ਤੁਰ ਤਾਂ ਹੈਗੀਆਂ ਨੇ ਕਨੈਕਸ਼ਨ ਕਰੇ ਹੋਏ ਨੇ ਇਹ ਪਰ ਪਹਿਲਾਂ ਰੂਟਸ ਨਹੀਂ ਲਾ ਸਕਦੇ ਕਿਉਂਕਿ ਬੈਂਡ ਖੋਲ੍ਹਣਾ ਹੀ ਪਊਗਾ ਹਰ ਜਗ੍ਹਾ ਨਹੀਂ ਹੈਗੀ ਇਹ ਬੈਂਡ ਨਾਲ ਹਾਰਨ ਸਹੀ ਤਰੀਕੇ ਨਾਲ ਲੱਗਦੇ ਨਹੀਂ ਹੈਗੇ ਲੱਗ ਤਾਂ ਜਾਂਦੇ ਨੇ ਪਰ ਯਾਰ ਉਹਨੇ ਸੌਖੇ ਤਰੀਕੇ ਨਾਲ ਨਹੀਂ ਲੱਗਦੇ ਹੁਣ ਆਪਾਂ ਲਾਹਾਂਗੇ ਸੋ ਉੱਥੇ ਸਪੇਸ ਬਣ ਜੂ ਦੇਖੋ ਇਹ ਤਾਂ ਕਰ ਕਨਵਰਟਰ 'ਚ ਲੱਗਿਆ ਹੋਇਆ ਨਾ ਹੁਣ ਲੱਗਦਾ ਨਹੀਂ ਮਾਡਲ ਤੂੰ ਖੋਲ੍ਹਣੇ ਖੋਲ ਲਓ ਖੋਲ ਲਓ ਉਹ ਨਾ ਟਾਇਟ ਤਾਂ ਕਰਾ ਲਈ ਵੀ ਹੁਣ ਕਿਹੜਾ ਬਦਲਣਾ ਸਲੈਂਸਰ ਨੂੰ ਕੀ ਪਤਾ ਸੀ ਬਦਲਣਾ ਪੈ ਜਾਣ ਹੁਣ ਨਟ ਹੈਗਾ ਨਹੀਂ ਬਾਹਲੇ ਟਾਇਟ ਦੇਖੋ ਇਹ ਮਾਡਲ ਨੇ 50% ਨਟ ਤਾਂ ਖੋਲ੍ਹੇ 50% ਰਹਿ ਗਏ ਆਹ ਤਾਂ ਛੱਡ ਵੀ ਜਾਊ ਹਲੇ ਆਹ ਮੇਨ ਜ਼ਰੂਰੀ ਆ ਛੱਡ ਐਂ ਕਰ ਫਿਰ ਪਰ ਹਾਂ ਜ਼ਰੂਰ ਤਾਂ ਫਿਰ ਹੈਗਾ ਜੀ ਜੇ ਨਹੀਂ ਖੁੱਲਦਾ ਫਿਰ ਇਹ ਥੱਲੇ ਵਾਲਾ 2 ਨੇ ਉਹ ਖੋਲ੍ਹ ਲਓ ਜੀ ਲਗਭਗ ਮਾਡਲ ਨੇ ਜਿੰਨੇ ਕੁ ਨਟ ਖੋਲ੍ਹਣੇ ਚਾਹੀਦੇ ਤਿੰਨੇ ਖੋਲ੍ਹਤੇ ਫੜੀ ਬਟਾ ਵੀਡੀਓ ਬਣਾ ਹੁਣ ਕਰਾਂ ਉਹ ਜਿਵੇਂ ਉਹ ਕਰਦੇ ਨਹੀਂ ਰੱਖ ਛੱਡਦੇ ਨੱਕਣੇ ਉਹ ਜਿਵੇਂ ਕਰਦੇ ਨਹੀਂ ਹੁੰਦੇ ਉਹ ਕੰਮ ਕਾਰ ਉਹ ਤੋਂ ਮਿਹਨਤੀ ਬੰਦ ਤੋਂ ਕਰਾ ਕੇ ਫੋਟੋ ਦੂਜਾ ਖਿਚਾ ਲੈਂਦਾ ਉਹੀ ਕੰਮ ਕਰਨਾ ਆਪਾਂ ਜਿਹੜਾ ਬੂਟੇ ਬੂਟੇ ਲਾਉਂਦਾ ਹੁੰਦਾ ਤਾਂ ਖਬਰ ਤਾਂ ਨਹੀਂ ਕਹਿੰਦਾ ਹੁੰਦਾ ਜਿੱਥੇ ਜ਼ੋਰ ਨਾ ਚੱਲੇ ਦਿਮਾਗ ਗਰਾਉਣਾ ਪੈਂਦਾ ਚਲੋ ਜੀ ਬੈਂਡ ਸਨਾਸਰ ਆਪਣਾ ਖੁੱਲ੍ਹ ਗਿਆ ਹੁਣ ਆਪਾਂ ਜਿਹੜਾ ਖਿਚਾਉਣੀ ਆ ਫੋਟੋ ਕੱਟਦਾ ਬੰਦ ਕਰਦਾ ਵੀਡੀਓ ਇਹਦੇ ਨਾਲ ਖਿਚਾਉਣੀ ਦੂਜੇ ਨਾਲ ਖਿਚਾਉਣੀ ਚਲੋ ਜੀ ਮਾਡਲ ਨੇ ਸੋਰੀ ਨਾਟ ਖੋਲ੍ਹ ਲਿਆ ਮੈਂ ਦੱਸ ਰਿਹਾ ਮਾਡਲ ਦੇ ਖੋਲ੍ਹ ਲਈ ਕਿਵੇਂ ਅੰਦਰ ਮੈਨੂੰ ਕਹਿੰਦੀ ਬਲੈਕੀ ਵਰ ਗਈ ਆ ਬਲੈਕੀ ਉਹਦਾ ਇੱਕ ਨਾਟ ਨਹੀਂ ਖੋਲ੍ਹਣਾ ਹੁਣ ਕਰਾਂਗੇ ਇੱਕ ਨਾਟ ਖੋਲ੍ਹ ਕੇ ਹੁਣ ਅੱਗੇ ਕੀ ਕਰਾਂ ਅਸੀਂ ਕਰੀ ਜਾਣਾ ਜਿਹਨੇ ਮੈਨੂੰ ਉੱਪਰ ਜਾ ਕੇ ਬੈਂਡ ਸਨਾਸਰ ਚੱਕ ਕੇ ਲੈ ਕੇ ਆਇਆ ਲੋ ਜੀ ਆ ਗਿਆ ਤੇ ਹੁਣ ਜਦ 6 ਫੁੱਟ ਦਾ ਪਤੰਗ ਪਿਆ ਕਦੇ ਚਾੜਾਂਗੇ ਇਹਨੂੰ ਵੀ ਦੱਸੋ ਕਮੈਂਟ ਕਰਕੇ ਵੀ ਚਾੜੀਏ ਪਰ ਇਹ ਮੌਸਮ ਹੈ ਨਹੀਂ ਪਤੰਗਾਂ ਵਾਲੇ ਆਹ ਪਿਆ ਆਪਣਾ ਬੈਂਡ ਕਿੰਨਾ ਹਲਕਾ ਵਿਚਾਰਾ ਉਹਦੇ ਮੂਹਰੇ ਇੱਕ ਆਪਾਂ ਨੂੰ ਬੈਂਡ ਚਾਹੀਦਾ
एक अपन साइलेंसर चाहिए वो भी लोंग पंजाब लोंग बॉटल खास इना होने शॉर्ट बॉटल भी पिया पर पसंद नहीं मैनू घंट तो आही यार बड़के की बड़ी आ चलो थले चलते हैं फिर दिखाने चलो जी बैंड सलेंसर मैं चक लाया तो मॉडल मेरे ना हॉल उठ खड़ा एक बार बिना बैंड सलेंसर तो बाद कमाल उसे तुम ट्राई ना करो मिट्टे मुट्टे अंदर जाके थोड़ा इंजन खराब हो सकता पर परेक्स ले सकते हैं देखो बिना तो कह जला देना टूटल जहा ओए पानी दवा जाओ देखियो ना 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 नाड़ खोलन जोगा ही है एक मारन जोगा नहीं होया हले रेसिंग उदन ना है वही गल बड़कता खा दी पुछक 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 दी पर ना अपना जो जैन है निकल गया खराब हो जाओ देखी ये जमी उकने रख दे एक बार ये सिर्फ एक बार यूज होंगे होंगे नहीं 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 कहता मैं जो गर्म होंगे मैं लग जाता तू ए कर लेना सीगा ये तो पता ये तो लगे जो नहीं किया मतलब गर्म नहीं होया अल तो अद्धा घंटा मतलब स्टार्ट किया दो घंटे पहले आप बैंड कर सकते हैं जो लीक रहा फिर आप दुकान से जाकर नवा जैन पा लेंगे क्योंकि एक बार यूज होंगे होंगे वो वैसे होना तो चाहिए नहीं ठीक नवा ही पिया पर देखते हैं चलो बैंड कर दिए मॉडल कस के देख रखो देखा ने निकल नुकल करने की लड़ नहीं है रखने तक बस देखियो पीले रंग से ही ला देंगे यार गोल्डन हो गया कहना सोने का मोरों मोरों थल चांदी का या मॉडल वर्कशॉप खोली अपना तनखा रख लिया करा कहीं दो हज़ार रुपये बहुत लो ही औखे सौखे मैं तो मॉडल ने लोंग बॉटल से कसता लिया पर नट नहीं गए सिर्फ रखे ही ना सारा कुछ मॉडल नहीं करा वीरे वीडियो बनवा दी अच्छे तो मार करा एक देखिए उतों बैंड की लीक होगी बैंड उतों भी इंजन को भी होगा एक सेंसर को भी होगा हम बाकी आवाज़ सुननी है मैं ये बनती है बड़क आ गई दोबारे बन गया है बंदा बस ठीक है तो लीक आ तो आवाज़ हल तक बनी नहीं है प्रॉपर अद्धे कह दें भी इन्ना कला के कह दें नहीं बनी नहीं आवाज़ भी सारा कुछ नट नुट ऐड करोंगे और सील पाओगे तो ही वधिया आवाज़ बनती है चलो सारा कुछ टैट टूट करते हैं फिर मिलते हैं हाँ देखो जी दूजी बार ही सट दी है चाबे पानी नाले ही जाए सब तो ये हो गई पर मिल गई दोबारे पहले भी खिल गई थी वीडियो बनाई नहीं हूँ बना ली चलो हाथ धो ओहो हूँ याद आया भी बैंड बजासर हस्ता ही फोटो खिंचनी भुल गए बाकी पहले तुम मौसम देखो इधर देखो चानन चाननी घेंट मौसम इधर देखो कहना यही मौसम भी यहाँ होगा भी जहाँ जहाँ होगा शांति तो हुई होनी गाह तो इन्ना मोहन लगे पे बाकी थोड़ा आवाज अच्छी तो सुन दी महल वाले एक बार तो हैरान करते दूजी बार फिर कर देना पर जंगल सफाई हाँ हूँ आ जा बच्चा उरे हाँ कही जाना घंटा मैं बच्चा गया बच्चा गया तुम चंगी तरह ही ले लिया वीडियो खड़े सिद्धा खड़ा हाँ आता भी नहीं हाँ यही गुरते हैं नहीं होना देना दिया हो गया वो बैंड सांस लाया फोटो खिंची ना चक के लिया होने चलो जी हारन भी अपने आ गए तो बैंड वाला काम तो हो गया हूँ हारन लगन गए उद्दा इंडीकेटर लैन गए फिर नंबर प्लेट देखते हैं लाने कि नहीं लाने लो जी मॉडल मैं हार्न खोलूँ कह दी मॉडल ने हार्न खोलता हूँ मैं दोबारा डेट कराया पता क्यों इन्हें उरों नट खोलता नट उरों खोलना आप पत्ती की करनी सुन गई भैड़ी पता क्या लगू कली पत्ती लगी हुई चल खोल मैं दस नहीं कहना दस भी क्यों कुछ ना मैं दस नहीं गल एक गोटी ना खोलू मेरे हिसाब से और देखो ऐन चमचमाते न्यू रूट्स के हार्न लाए थे चार पाँच दिन चलाए ने फिर लाते थे पर हूँ पाए हूँ भाई शहर नहीं लैके जाया करना करते हैं शहरिया जिन्या भी मोटिवेशन पाए कर रहे हैं जिन्या भी सारी इलीगल है तुम करोगे थोड़ा बुलेट चलाना तो दूर की गल है
चलो हम तो दूर की गल है बुलेट बाउंड हो। सो मेरी रिकमेंडेशन तो यही है तो अपनी वीडियो देख के कोई भी ये पंगा ना लियो पता चलो पिंड पिंड चला शहर छोड़ जाने पर गड्डी जाया करा ओए और खड़ा ही करना गोटी बड़ा दस पंद्रह सेकंड दस मिनट जिन्हें गेड़ा सब फल गर्म आने इस टाइम मसाला तो नहीं होता मैंने पता पर गर्म बहुत इधर लगू पानी पूनी पावा लिया बदल देख लो लल्लू बैठा ना हुए बीच ओ मी कनिया पैन लग गया देखो कनिया पैन लग गया हम पर मी में भी नहीं टिकेंगे पर मी च नहीं टिकदा प्रदीप वीरा ना दी आ चावल चलन गए यूरे आ बैठे ने गए ता करके एक आह नहीं आया हैगा ता पर दुकान ते आया है ना एक आ गया ए भी आऊगा चावल कोई नहीं सुनता अब बच गई हुन वीडियो च ओ देखो जान पाड़ू बैग मा लगभग अपने हारन ते सलांसर लग गए मेन सीगे ते हुण मेरी सलाह है इंडीकेटर लाउण दी ते नंबर प्लेट मोहरे वाली लाउण दी ते लाइट ओ चेंज करनी मैं तां नहीं कर रहा ਵੀ ਮੀਂਹ ਨਾ ਆਏ ਪਰ ਮਾਡਲ ਕਹਿੰਦਾ ਮੀਂਹ ਨਹੀਂ ਆਉਂਦਾ ਦੇਖੀ ਜਾਊ ਕਿਧਰੇ ਨਹੀਂ ਹੁੰਦਾ ਜੇ ਹੁਣ ਘੋਲ ਕਰਤੀ ਫਿਰ ਤਾਂ ਘੋਲੇ ਹੋ ਜੂਗਾ ਨਾ ਮਾਡਲ ਕਰਦੀ ਹੈ ਫਿਰ ਉਹ ਵੀ ਤੇ ਪਿੱਛੜ ਦਾ ਖੁੱਲ ਜਾਣਾ ਪਿੱਛੜ ਨੰਬਰ ਪਲੇਟ ਨੰਬਰ ਦੀ ਚਾਬੀ ਹੈ ਆ ਲੈ ਕੀ ਹੁੰਦਾ ਲੈ ਵਰਦੀ ਵੀਰੇ ਮਤਲਬ ਕੀ ਚਾਬੀ ਐ ਰੋ ਮਾਨ ਚ ਸਵਾਦ ਆਉਂਦਾ ਉਹ ਵੀ 10 ਨੰਬਰ ਦੀ ਚਾਹੀਦੀ ਆ 12 ਨੰਬਰ ਦੀ ਮਤਲਬ ਕੀ ਕੰਪਨੀ ਵਾਲੀ ਚਾਬੀ ਜੀ ਤੇ 10 ਨੰਬਰ ਵੀ ਹੈਗੀ ਆ ਬਣਦੀ ਹੋਵੇ ਤਲੋ ਜੀ ਨੰਬਰ ਪਲੇਟ ਪਾ ਖੋਲੀ ਨੰਬਰ ਪਲੇਟ ਵੀ ਪਾ ਚੇਂਜ ਕਰਨੀ ਆ ਪਿੱਛੇ ਵਾਲੀ ਉਹ ਨਾ ਚੇਂਜ ਕਰਨ ਦਾ ਇੱਕੇ ਕਾਰਨ ਆ ਵੀ ਮੈਂ ਕੁਝ ਹੋਰ ਚੀਜ਼ ਸੋਚੀ ਆ ਜਿਹਨੂੰ ਮਹੀਨਾ ਕਿਤਾ ਲੱਗ ਜਾਊ ਨੰਬਰ ਪਲੇਟਾਂ ਨੂੰ ਲੱਗ ਜਾਊਗੀ ਸੋ ਉਹਨੂੰ ਸਰਪ੍ਰਾਈਜ਼ ਹੈ ਦੇਵਾਂਗੇ ਮਹੀਨਾ ਹੀ ਲੱਗਦਾ 10 ਦਿਨ ਲੱਗਣਗੇ ਫਿਰ 10 ਦਿਨ ਹੋਰ ਲੱਗਣਗੇ 10 ਦਿਨ ਦਾ ਤੁਹਾਨੂੰ ਦੱਸ ਦਾਂਗੇ ਪਹਿਲਾਂ ਹੁਣ ਇੰਡੀਕੇਟਰ ਖੋਲਣ ਵਾਸਤੇ ਪਲਾਸ ਚਾਹੀਦਾ ਜਿਹੜਾ ਕਿ ਮੈਂ ਲੈ ਕੇ ਨਹੀਂ ਆਇਆ ਪਲਾਸ ਹੁਣ ਫੋਨ ਕਰਾਂ ਲੈ ਕਈ ਫੇਰ ਗਈ ਫੇਰ ਗਈ ਇੰਡੀਕੇਟਰ ਇੰਡੀਕੇਟਰ ਕੀ ਕਹਿੰਦੀ ਏ ਇੰਡੀਕੇਟਰ ਕਹਿੰਦਾ ਦੀ ਕਹਿੰਦਾ ਇੰਡੀਕੇਟਰ ਖੋਲਦੇ ਹੋ ਬਾਅਦ ਚ ਜਵਾਬ ਕਰਾਂਗਾ ਇੰਡੀਕੇਟਰ ਹੁੰਦਾ ਫੇਰ ਸਹੀ ਬੋਲਣ ਲੱਗ ਗਿਆ ਉਹੀ ਨੰਬਰ ਪਲੇਟ ਪਾ ਕਸਤੀ ਪ੍ਰਾਣੀ ਆ ਗਿਆ ਟੁੱਟਣ ਨੂੰ ਤਿਆਰ ਆ ਬਸ ਚਾਬੀ ਕਮਾਈ ਦੇਖਾਂ ਮੈਂ ਤੁਹਾਨੂੰ ਮਾਈਨਸ ਕਹੇ ਜੀ ਹੈ ਉਹ ਮੈਂ ਘੰਟੇ ਦੀ ਬਕਵਾਸ ਕਰਤੀ ਵੀਡੀਓ ਬੰਦ ਦੇ ਵੀਡੀਓ ਜੇ ਮੈਂ ਕੱਟਣ ਲੱਗਾ ਵੀਡੀਓ ਆਨ ਹੋ ਗਈ ਆ ਦੇਖੋ ਇਹ ਜੀ ਮਤਲਬ ਇਹ 90% ਸਮੂਕ ਕੀਤੀ ਹੁਣ ਆ ਦੱਬ ਬ੍ਰੇਕਾਂ ਦੇਖੋ ਫਿੱਕੀ ਜੀ ਹੁੰਦੀ ਜਿਹੜੀ ਓਰੀਜਨਲ ਉਹ ਬਹੁਤ ਵਧੀਆ ਗੂੜੀ ਹੁੰਦੀ ਹੁੰਦੀ ਆ ਸੋ ਇਹ ਨੰਬਰ ਪਲੇਟ ਆਹ ਨੰਬਰ ਪਲੇਟ ਆ ਗਿਆ ਇਹ ਲਾਉਂਦੇ ਹਾਂ ਅਤੇ ਫਿਰ ਤੁਹਾਨੂੰ ਨੰਬਰ ਪਲੇਟ ਤਾਂ ਆਪਾਂ ਚੇਂਜ ਕਰਤੀ ਆ ਦੇਖੋ ਇਹ ਵੀ ਜਿਹੜੀ ਵੀ ਕਨੈਕਸ਼ਨ ਦੇਣ ਵਾਲੇ ਆਪਾਂ ਸੋ ਉਹਨੂੰ ਖੋਲ ਦਈਏ ਮੌਸਮ ਦੇਖੋ ਇੱਕਦਮ ਬਦਲ ਗਿਆ ਫਿਰ ਤੋਂ ਐਨ HD HD ਕੁਆਲਿਟੀ ਧੁੱਪ ਨਿਕਲਿਆ ਜੀ ਅਤੇ ਮੋਟਰਾਂ ਅੱਧਾ ਕੰਮ ਹੋ ਗਿਆ ਯਾਰ ਲਾਈਟ ਫਿੱਟ ਕਰਨੀ ਬੜੀ ਔਖੀ ਆ ਅਸੀਂ ਅੱਧੀ ਕਰ ਦਿੱਤੀ ਪਰ ਥੋੜ੍ਹੀ ਇੱਧਰ ਉੱਧਰ ਉੱਖੜਦੀ ਹੈ ਚਲੋ ਦੇਖਦੇ ਹਾਂ ਕੀ ਬਣਦਾ ਇਹਦਾ ਅਤੇ ਧੁੱਪ ਹੁਣ ਤਾਂ ਖੜਿਆ ਵੀ ਨਹੀਂ ਆਉਂਦਾ ਉਹਨੇ ਛਾਵੇਂ ਕਰਨਾ ਪਊ ਦੁਬਾਰੇ ਪਾਣੀ ਪੀ ਕੇ ਟਾਈਮ ਨੂੰ ਗੁਜ਼ਾਰ ਰਿਹਾ ਮੈਂ ਫਿਰ ਆਹ ਦੇਖੋ ਹੈਗੀ ਆ ਡੁਪਲੀਕੇਟ ਲਾਈਟ ਦੇਖੋ ਜਿਹੜੀ ਥੋੜ੍ਹੀ ਜਿਹੀ ਇੰਨੀ ਮੱਡੀ ਆ ਉਹ ਉੱਧਰ ਓਰੀਜਨਲ ਦਿਖਾਈ ਔਰ ਓਰੀਜਨਲ ਦੇ ਵਿੱਚ ਪਿੱਛੇ ਕੁਛ ਹੈ ਨਹੀਂ ਦੇਖੋ ਕਿੰਨੀ ਉਹ ਮਤਲਬ ਦਿਖਦੀ ਆ ਉਹਦੀ ਕੁਆਲਿਟੀ ਉਹ ਭਾਰੀ ਵੀ ਆ ਹਲਕੀ ਵੀ ਆ ਉਦੋਂ ਆਈਆਂ ਫੁੱਲੀ ਜਿਹੀ ਹੋਈ ਪਲਾਸਟਿਕ ਹੈ ਲੋਹਾ ਲੋਹਾ ਹੈ ਪਲਾਸਟਿਕ ਹੈ ਉਹ ਮੈਂ ਕਹਿੰਦਾ
ਨਹੀਂ ਮੈਂ ਤਾਂ ਪਲਾਸਟਿਕ ਪਲਾਸਟਿਕ ਹੋ ਮਤਲਬ ਆ ਲਾਈਟ ਖੁੱਲ ਜਾਂਦੀ ਆ ਆ ਖੁੱਲਦੀ ਨਹੀਂ ਹੈਗੀ ਲੋਹਾ ਹੈ ਹਾਂ ਉਹ ਲੋਹਾ ਤਾਂ ਅਸੀਂ ਭਾਈ ਇਹ ਚੀਜ਼ ਮਤਲਬ ਕੁਆਲਿਟੀ ਵਾਲੀ 'ਚ ਲਾਈਟ ਵੀ ਵਧੀਆ ਉਹ ਮੂਹਰੇ ਦੇਖਣ ਦਾ ਲਾਈਟ ਇਹਦੀ ਵਧੀਆ ਵਧੀਆ ਲੱਗਿਆ ਮੈਨੂੰ ਪੜੀ ਵਿੱਚ ਐਲ ਈ ਡੀ ਆ ਜਿਵੇਂ ਚਿੱਟੇ ਰੰਗ ਦੀਆਂ ਉਹ ਹੈਗੀਆਂ ਵਧੀਆ ਨੇ ਪਰ ਚੱਲ ਉਹਨੀਆਂ ਵਧੀਆ ਰਹੀਆਂ ਨਹੀਂ ਚਲੋ ਦੇਖਾਂਗੇ ਕੀ ਬਣਦਾ ਬਾਕੀ ਉਹਨਾਂ ਘਰੇ ਰੱਖ ਕੇ ਆਇਆ ਅਤੇ ਇਹਨੂੰ ਕੱਸਦੇ ਹਾਂ ਦੇਖੋ ਅਸੀਂ ਇੰਨੀ ਕੜਾਕੇ ਤੋਂ ਪਸੀ ਮੌਸਮ ਫੇਰ ਬਦਲ ਗਿਆ ਇੱਥੇ ਇੱਥੇ ਮੋਟਰ ਕੀਤਾ ਧੁੱਪ ਤਾਂ ਇੱਧਰ ਨੂੰ ਫੇਰ ਉੱਧਰ ਛਾਂ ਹੋ ਗਈ ਦੇਖੋ ਅੱਛਾ ਮੈਂ ਚੇਪੀ ਵੀ ਲਾਈ ਹੈ ਥੱਲੇ ਅਤੇ ਨਾਟ ਵੀ ਕਸ ਦਿੱਤੀ ਗਈ ਜਲਸੇ 'ਤੇ ਚਲੋ ਜੀ ਆਪਾਂ ਨਾ ਲਗਭਗ 100% ਕੰਮ ਪੂਰਾ ਕਰਤਾ 100 ਦਾ 100 ਦੇਖੋ ਸਾਰੀ ਲਾਈਟਾਂ ਚੱਲਣ ਲੱਗ ਗਈਆਂ ਜਿਹੜੀ ਬਹੁਤ ਸਾਰੀ ਲਾਈਟਾਂ ਵਧੀਆ ਲੱਗ ਰਹੀਆਂ 90% 'ਚ ਮੈਨੂੰ ਐਸੀ ਘੈਂਟ ਲੱਗੂ ਯਾਰ ਦੇਖੋ ਉਹ ਰੋਕ ਥੋੜ੍ਹਾ ਖਿੱਚ ਕੇ ਲੱਗੀ ਹੋਈ ਹੈ ਦੇਖੋ ਇੱਥੋਂ ਖਿੱਚ ਕੇ ਲੱਗੀ ਹੋਈ ਆ ਤਾਂ ਕਰਕੇ 90% ਦਾ ਘੱਟ ਗਿਆ ਅਤੇ ਬਾਕੀ ਵੀ ਯਾਰ ਥੋੜ੍ਹੀ ਡਿਮ ਜਿਹੀ ਹੋ ਲੱਗਦੀ ਹੈ ਤਾਂ ਉਹਦੇ ਵਰਗੀ ਹੋ ਲੱਗਦੀ ਹੈ ਮੈਨੂੰ ਕਹਿੰਦੇ ਬਹੁਤ ਚਮਕੂਗੀ ਤਾਂ ਆਪਾਂ ਯੈਲੋ ਕਰਕੇ ਦੇਖੀਏ ਤਾਂ ਯੈਲੋ ਥੋੜ੍ਹਾ ਜਿਹਾ ਸਹੀ ਹਾਲ ਹੈ ਨਾ ਵਾਈਟ ਨਹੀਂ ਨਾ ਸੋ ਆਪਾਂ ਇਹਨੂੰ ਉਤਾਰ ਦਾਂਗੇ 90 ਨੂੰ ਉਤਾਰ ਕੇ ਅਤੇ 50 ਉਹ ਕਰਾਉਣੇ ਯੈਸ 50 ਉਹ ਸਾਰਾ ਲੱਗ ਜੂਗੀ 50 ਪੱਗ ਵਾਲੀ 50 ਸਾਨੂੰ ਖਾ ਟਾਈਮ ਹੋ ਗਿਆ 2-3 ਘੰਟੇ ਹੋ ਗਏ ਸਾਨੂੰ ਮੈਂ ਸਾਰਾ ਕੁਛ ਕਰਦੇ ਨੂੰ ਕਿਉਂਕਿ ਵਿੱਚੇ ਫਿਊਜ਼ ਵੀ ਉੜ ਗਿਆ ਸੀ ਖਾਸਾ ਕੁਛ ਹੋ ਗਿਆ ਸੀ ਓਹੋ ਫਿਰ ਆਹ ਵਾਲੀ ਲੁੱਕ ਨਹੀਂ ਰਹਿਣੀ ਨਾ ਜਿਹੜੀ ਜੈੱਡ ਬਲੈਕ ਵਾਲੀ ਉਹ ਜੈੱਡ ਬਲੈਕ ਵਾਲੀ ਵਾ ਹੈਨਾ ਵਧੀਆ ਲੱਗਦੀ ਆ ਬਹੁਤ ਨਹੀਂ ਵਧੀਆ ਲੱਗਿਆ ਮਾਈਨਸ ਪਾ ਦੀ ਫਿਰ ਆਹੋ ਅੱਜ ਦਿਨ ਪਾ ਲੈਣਾ ਬਾਕੀ ਤੁਸੀਂ ਕਮੈਂਟ ਕਰ ਮਾਈਨਸ ਪਾ ਦੀਏ ਕਿ ਇਹਨੂੰ 50 ਕਰਦੇ ਜਿਹੜਾ ਕੁਛ ਵੀ ਕਰਦੇ ਦੱਸ ਦਿਓ ਚਲੋ ਜੀ ਅੱਜ ਮੈਂ ਸੋਚਿਆ ਸੀਗਾ ਵੀ ਬੁਲਟ ਨੂੰ ਆਪਾਂ 1 ਨੰਬਰ ਬਣਾਵਾਂਗੇ ਪੂਰਾ 100% ਜੈਂਗੋ ਪਰ ਇਹ ਅੱਜ ਬਣ ਪਾਇਆ ਸਿਰਫ 90% ਅਤੇ ਹੁਣ ਦੇਖਣ ਨੂੰ ਮੂਹਰੇ ਇਸ ਟਾਈਮ ਇਹ 100% ਆ ਮੈਨੂੰ ਆਹ 90 ਉਹ ਚਾਹੀਦੀ ਸੀਗੀ ਪਰ ਜੋ ਜਗਾਉਂਦੇ ਆ ਨਾ ਆਹ ਚੀਜ਼ ਪਸੰਦ ਨਹੀਂ ਆਈ ਮੈਨੂੰ ਇਹ ਤਾਂ 50 ਕਰਾਂਗੇ ਜਾਂ ਫਿਰ ਇਹਨੂੰ ਲਾ ਕੇ ਦੁਬਾਰੇ ਮਾਈਨਸ ਲਾਵਾਂਗੇ ਕਿਉਂਕਿ ਹਲੇ ਮੈਨੂੰ ਬਲੈਕ ਦਾ ਚਾਓ ਜਿਹਾ ਲਿਆ ਨਹੀਂ ਬਸ ਇਹ ਗੱਲ ਮਾੜੀ ਆ ਅਤੇ ਬਾਕੀ ਨੰਬਰ ਪਲੇਟ ਵਗੈਰਾ ਸਾਰਾ ਕੁਛ ਓਕੇ ਹੋ ਗਿਆ ਅਤੇ ਪਿੱਛੋਂ ਸਿਰਫ ਇੱਕ ਕਮੀ ਆ ਵੀ ਇਹਦੇ 'ਤੇ ਨੰਬਰ ਪਲੇਟ ਨਹੀਂ ਹੈਗੀ ਨੰਬਰ ਪਲੇਟ ਮਤਲਬ ਦੂਜੀ ਲਾਉਣੀ ਆ ਆਪਾਂ ਅਤੇ ਬਣਵਾ ਨੰਬਰ ਪਲੇਟ ਬਣਵਾਵਾਂਗੇ ਤਾਂ ਉਹਨੂੰ 50 ਕਰ ਲਾਂਗੇ ਜਾਂ ਫਿਰ ਲਾਈਟ ਚੇਂਜ ਕਰ ਦਾਂਗੇ ਅਤੇ ਹੁਣ ਆਪਾਂ ਬਸ ਇੰਨਾ ਹੀ ਕਰਨਾ ਸੀਗਾ ਅਤੇ ਲਓ ਵੀ ਮਿੱਤਰੋ ਆਪਣਾ ਸਾਰਾ ਕੰਮ ਡਾਉਣਾਗਾ ਵੀ ਆਵਾਜ਼ ਜਿਹੜੀ ਬਾਹਲੀ ਘੈਂਟ ਬਣੀ ਆ ਤੁਹਾਨੂੰ ਦੁਬਾਰਾ ਸੁਣਾਉਂਦਾ ਕੋਈ ਲੀਕੇਜ ਨਹੀਂ ਹੈਗੀ ਫੁੱਲ ਫਰਾਟ ਰਰ ਕਰਦੀ ਹੈ ਕੋਈ ਲੀਕੇਜ ਨਹੀਂ ਹੈਗੀ ਥੋੜ੍ਹੀ ਓਕਰ ਬੋਰਡ ਆਵਾਜ਼ ਹੈਗੀ ਆ ਅਤੇ ਓਕਰ ਬੋਰਡ ਹਾਰਨ ਆਉਂਦੀ ਆ ਦੇਖੋ ਐਨ ਪਰਫੈਕਟ ਆ ਸੋ ਹੁਣ ਇਹ 'ਚ ਕਮੀ ਪੇਸ਼ੀ ਦੱਸਿਓ ਪਰ ਜਿਹੜੀ ਨੰਬਰ ਪਲੇਟ ਲਾਉਣੀ ਉਹ ਤਾਂ ਫਿਰ ਆਊਗੀ ਜਿਹੜੀ ਹੁਣ ਆਪਾਂ ਜਿਵੇਂ ਨੋਰਮਲ ਲਵਾ ਲੈਣੀ ਆ ਜਿਹੜੀ ਨੋਰਮਲ ਕੰਚ ਦੀ ਹੁੰਦੀ ਆ ਮੂਹਰੇ ਆਪਾਂ ਪ੍ਰਦੀਪ ਲਿਖਿਆ ਹੀ ਹੋਇਆ ਬਸ ਹੁਣ ਇੱਕ ਹੋਰ ਕਮੀ ਰਹਿ ਗਈ ਇਹ 'ਚ ਰਹਿ ਗਈ ਪਟਾਕੇ ਵਾਲੀ ਸੁੱਚ ਲਾਉਣੀ ਉਹ ਪਲਾਵਾਂਗੇ ਅਗਲੀ ਵੀਡੀਓ ਦੇ ਵਿੱਚ ਅਤੇ ਮੈਂ ਦੱਸਿਆ ਨਹੀਂ ਸੀ ਹੁਣ ਤੱਕ ਕਿਵੇਂ ਲੱਗਦੀ ਆ ਵੀ ਉਹ ਦੱਸੀਏ ਕਿ ਰਹਿਣ ਦੀ ਹੈ ਚਲੋ ਉਹ ਕੱਲ੍ਹ ਵਾਲੀ ਵੀਡੀਓ 'ਚ ਦੇਖਾਂਗੇ ਅਤੇ ਹੁਣ ਪਹਿਲਾਂ ਤਾਂ ਮੈਂ ਜਿਹੜੇ ਆਹ ਵਾਲੇ ਲਾਈਵ ਵੀ ਨੇ ਆਪਾਂ ਹੁਣ ਮੈਂ ਸੋਚਿਆ ਵੀ ਇਹੀ ਰੱਖਾਂਗੇ ਪਹਿਲਾਂ ਸੋਚਿਆ ਸੀਗਾ ਕਦੇ ਮਰਸਡੀਜ਼ ਪਾਉਣੇ ਪੈ ਗਏ ਪਰ ਹੁਣ ਮੈਂ ਸੋਚਿਆ ਮਰਸਡੀਜ਼ ਵੇਚ ਦਿੰਦੇ ਹਾਂ ਅਤੇ ਹੁਣ ਤੁਹਾਨੂੰ ਘਰੇ ਜਾ ਕੇ ਮਰਸਡੀਜ਼ ਵਾਲੇ ਲਾਈਵ ਵੀ ਦਿਖਾਉਣਾ ਜਿਹੜੇ ਕਿ ਮੈਂ ਵੇਚਣੇ ਨੇ ਲਾਈਵ ਮਾਡਲਾਂ ਮਾਰ ਕੇ ਘਰੇ ਚੱਲੀਏ ਬਸ ਦੇਖਣਾ ਸੀ ਬਾਅਦ ਚੈੱਕ ਕਰਨਾ ਸੀ ਪਰ ਮੌਸਮ ਯਾਰ ਇੰਨਾ ਨੀਲਾ ਬੱਦਲ ਵਾਓ ਹਾਂ ਮਾਡਲ ਨੇ ਬਹੁਤ ਹੈਲਪ ਕੀਤੀ ਆ ਬਈ ਆਇਤ ਕੀ ਜੇ ਮਤਲਬ ਕਿ ਅੱਜ ਨਾ ਕਹਿਣਾ ਫਿਰ ਤਾਂ ਇਹ ਨਹੀਂ ਪਤਾ ਮੈਂ ਹੁਣ ਸਟਾਰਟ ਕਰਦਾ ਕੰਮ ਅੱਧੀ ਰਾਤ ਤੱਕ ਨਿਬੜਦਾ ਇਹਨੇ ਜ਼ਿਆਦਾ ਕਹਿਤਾ ਜਦੀ ਫਿਰ ਅਸੀਂ ਸਟਾਰਟ ਕਰ ਲਿਆ ਕੰਮ ਜੇ ਆਪਾਂ ਉੱਲੂ ਫਿਰ ਲਾ ਦਾਂਗੇ ਜੇ ਆਪਾਂ ਫਿਰ ਅਸੀਂ ਲਾਈਟ ਰੱਖੀ ਹੋਣੀ 50 ਕਰਕੇ ਸਮਝ ਨਹੀਂ ਕੁਛ ਆ ਰਿਹਾ ਚੱਲ ਫਿਲਹਾਲ ਤਾਂ ਘਰ ਨੂੰ ਚੱਲ ਅਗਲੇ ਵਲੋਗਾਂ 'ਚ ਦੇਖਾਂਗੇ ਕੀ ਕਰਨਾ ਕੀ ਨਾ ਚਲੋ ਜੀ ਘਰੇ ਤਾਂ ਮੈਂ ਆ ਗਿਆ ਹੁਣ ਤੁਹਾਨੂੰ ਵੀਲ ਦਿਖਾਉਣਾ ਕਿਹੋ ਜਿਹੇ ਨੇ ਆਪਾਂ ਕਰ ਦਿੰਦੇ ਨੇ ਸੇਲ ਜਿਹੜੇ ਕਿ ਆਪਾਂ ਮਰਸਡੀਜ਼ ਵਾਲੇ ਪਵਾਏ ਸੀ ਨਵੇਂ
ਜਿਹੜੇ ਕਿ 7500 ਦੇ ਪਏ ਸੀ 8000 ਦੇ ਕਣੀ ਮੋਟਿੰਗ ਪਈ ਸੀ ਇਹਦੀ ਤੇ ਹੈਗੇ ਨੇ ਪੂਰੇ ਰਾਡੋ ਰੂਡੋ ਦੇ ਐਲ ਜੈਡੋ ਜੈਡੋ ਪਲੱਸ ਰਾਡੋ ਦੇ ਨੇ ਇਹ कमेंट करके दसो जिन्हें जिन्हें चाहिए ना कमेंट ना करो इंस्टाग्राम प्रदीप अंडरस्कोर ब्लॉग मैंने मैसेज कर दो बेचने 7000 रुपये के 7500 ले मतलब कोई भी एक परसेंट भी प्रॉब्लम नहीं है ना एक भी परसेंट झरीट आ ਤੇ ਆ ਮਾੜਾ ਮੋਟਾ ਸਾਫ ਸੂਫ ਕਰਨ ਵਾਲਾ ਬਾਕੀ ਐਨ ਓਕੇ ਰਿਪੋਰਟ ਹਾਂ ਡੱਬਾ ਫਰੀ ਆ ਇੱਕ ਬੌਸ ਵਾਲੀ ਲਾਈਟ ਤਾਂ ਹੈਗੀ ਇੱਕ ਭੂਤ ਵਾਲੀ ਲਾਈਟ ਵੀ ਹੋਈ ਆਪਣੇ ਕੋਲ ਜੋ ਵੀ ਕਿਸੇ ਨੇ ਲੈਣੀ ਆ ਉਹ ਵੀ ਖਰੀਦ ਸਕਦਾ 2000 ਦੀ 2200 ਦੀ ਉਹ ਲਈ ਸੀ 1500 ਦੀ ਉਹ ਦੇ ਦਾਂਗੇ 15 ਉਹ ਇੰਨੇ ਕੁ ਤੱਕ ਦੇ ਦਾਂਗੇ ਤਾਂ ਬਸ ਇੰਨਾ ਕੁ ਸਮਾਨ ਵੇਚਣਾ ਆਪਾਂ ਜੇ ਕਿਸੇ ਨੇ ਲਾਈਵ ਵੀ ਲਾਹ ਵਾਲੇ ਚਾਹੀਦੇ ਨੇ ਤਾਂ ਜ਼ਰੂਰ ਕਮੈਂਟ ਕਰਕੇ ਦੱਸਿਓ ਫਿਰ ਕਮੈਂਟ ਕਰਕੇ ਹੀ ਇਹਨਾਂ ਰਿਪਲਾਈ ਮੈਂ ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿਓ ਫਿਰ ਆਪਾਂ ਵੇਚ ਦਾਂਗੇ ਕਿਉਂਕਿ ਹੁਣ ਮੈਂ ਅਸੀਂ ਘੈਂਟ ਲਾ ਦੇਣੇ ਕਹੀਏ ਨਾ ਵਿੱਚ ਅਸੀਂ ਰੱਖ ਲਈ ਘੈਂਟ ਤਾਂ ਅਸੀਂ ਵੀ ਲਾ ਦੇਣੇ ਕਿ ਰੱਖ ਲਈਏ ਵੀ ਚੱਲ ਜੇ ਕੋਈ 7000 ਵਾਲਾ ਮਿਲਿਆ ਤਾਂ ਦੇ ਦਾਂਗੇ ਪਿਛਲੀ ਵਾਲੇ ਬਾਈ ਨੇ ਵੈਸੇ 200 ਵੱਧ 500 ਵੱਧ ਦੇਣ ਲੱਗ ਗਿਆ ਸੀ ਪਰ ਨਹੀਂ ਜੇ ਮੂਡ ਜਿਹਾ ਬਣਾ ਵੇਚ ਦਾਂਗੇ ਤੁਸੀਂ ਮੈਸੇਜ ਕਰ ਲਿਓ ਪਰ ਬਾਈ ਕੋਈ ਮੈਸੇਜ ਕਰਿਓ ਵੀ ਜਿਨ੍ਹਾਂ ਦੇ ਮੂਡ ਡਿਸਕ ਬ੍ਰੇਕ ਆ ਕਿਉਂਕਿ ਡਿਸਕ ਵਾਲੇ ਲਾਈਵ ਹੀ ਲੈਂਦਾ ਦੇਖ ਸਕਦੇ ਹੋ ਜਿਹੜੇ ਹੁਣ ਪੁਰਾਣੇ ਮਾਡਲ ਨੇ BS4 ਜਿਹਨਾਂ ਡਿਸਕ ਨਹੀਂ ਹੈਗੀ ਉਹਨਾਂ ਦਾ ਨਹੀਂ ਵਾਲੇ ਦੀ ਵੀ ਲੱਗਣੇ ਹੈਗੇ ਸੋ ਵਾਲੇ ਵੀਰ ਨਾ ਹੀ ਮੈਸੇਜ ਕਰਨ ਅਤੇ ਜੇ ਕਿਸੇ ਨੂੰ ਹੋਰ ਬੰਦੇ ਨੂੰ ਚਾਹੀਦੇ ਤਾਂ ਜ਼ਰੂਰ ਦੱਸ ਸਕਦੇ ਹੁੰਦੇ ਸੀ ਮਰਸਡੀਜ਼ ਵਾਲਿਆ ਲਾਏ ਵੀਲ ਫੋਰ ਸੇਲ ਅੱਛਾ ਕੜੇ ਵੀ ਬਣਵਾਏ ਸੀ ਨਾ ਜਦ ਆਪਾਂ ਚਿੱਟੇ ਲਾਏ ਵੀਲ ਪਵਾਏ ਸੀ ਮੈਂ ਕਿਹਾ ਚੱਲ ਜੇ ਲਾਈਟਾਂ ਬਣਾਵਾਂਗੇ ਲਾਈਟਾਂ ਲਾਈਆਂ ਸੀ ਸਿਰਾ ਲੱਗ ਗਏ ਸੀਗੇ ਪਰ ਇਹ ਹੁਣ ਮੈਂ ਕਿਹਾ ਚੱਲ ਕਾਲੇ ਵੀਲਾਂ 'ਚ ਲਾਈਟਾਂ ਵਧੀਆ ਨਹੀਂ ਲੱਗਣੇ ਤਾਂ ਕਰਕੇ ਮੈਂ ਕੀ ਲਾਏ ਨਹੀਂ ਸੀ ਕੜੇ ਇਹ ਕੜੇ ਇਹ ਆਪਾਂ ਹੁਣ ਫਿਰ ਕਦੇ ਜੇ ਲੋੜ ਪਈ ਚਿੱਟੇ ਲਾਏ ਵੀਲ ਕਦੇ ਉਹ ਪਵਾਏ ਤਾਂ ਦੇਖ ਲਾਂਗੇ ਨਹੀਂ ਫਿਰ ਕਿਸੇ ਨੂੰ ਜਿਹੜੇ ਲਾਏ ਵੀਲ ਲੈਣ ਉਹਨੂੰ ਦੇ ਦਾਂਗੇ ਹੋਰ ਕੀ ਆ ਨਹੀਂ ਫਿਰ ਕਿਸੇ ਨੂੰ ਫੜਾ ਦਾਂਗੇ ਮਤਲਬ ਚਲੋ ਹੁਣ ਇਹਨੂੰ ਰੱਖ ਆਉਣਾ ਮੈਂ ਘਰੇ ਅਤੇ ਲਓ ਜੀ ਹੁਣ ਮੈਂ ਕੱਢ ਲਈ ਗੱਡੀ ਅਤੇ ਤੇਲ ਗੱਡੀ 'ਚ ਹੈ ਨਹੀਂ ਤਾਂ ਕਰਕੇ ਸ਼ਗਨ ਅਤੇ ਚਾਬੀ ਦੋਨੋਂ ਹੱਥ 'ਚ ਬੜੀ ਬੈਠਾ 500 ਦਾ ਪਾਣੀ ਵੀਰੇ 500 ਅਤੇ ਹੁਣ ਚੱਲੇ ਮੈਂ ਥੋੜ੍ਹਾ ਬਾਹਰ ਅਤੇ ਫੋਟੋ ਵੀਡੀਓ ਖਿੱਚ ਕੇ ਆਉਂਦੇ ਹਾਂ ਬੁਲਟ ਤਾਂ ਤੁਸੀਂ ਦੇਖ ਹੀ ਲਿਆ ਅਤੇ ਨਾ ਮੈਂ ਕਹਿੰਦਾ ਸੀਗਾ ਵੀ ਇਹਦੇ ਥਾਰ ਦੇ ਇੱਧਰਲੇ ਪਾਸਿਕੀਆਂ ਹੋ ਗਈਆਂ ਸੋਚਾਂ ਵੀ ਦੇਣ ਨੂੰ ਤਾਂ ਹੋਰ ਵੀ ਦੇ ਸਕਦੀ ਹੈ ਫਿਰ ਹੁਣ ਮੈਨੂੰ ਲੌਜਿਕ ਸਮਝ ਆਇਆ ਪਿਛਲੀ ਵੀਡੀਓ 'ਚ ਮੈਂ ਕਿਹਾ ਸੀ ਨਾ ਅਤੇ ਕਮੈਂਟ ਬੜੇ ਤਾਂ ਹੀ ਮੈਂ ਸੋਚਿਆ ਥੋੜ੍ਹਾ ਇਹਨਾਂ ਨੇ ਸਪੀਕਰ ਵੀ ਦੇ ਸਕਦੇ ਉਹਨੇ ਦਿੱਤੇ ਦਿੱਤੇ ਨੇ ਇਹ ਤਾਂ ਵੀ ਜੇ ਕਿਸੇ ਨੇ ਟਾਕੀ ਖੋਲ੍ਹਣੀ ਆ ਟਾਕੀ ਖੋਲ੍ਹ ਕੇ ਚਲਾਉਣੀ ਆ ਓਪਨ ਤਾਂ ਸੀ ਇਹ ਵਿਆਹ ਛੱਤ ਵੀ ਲਾਉਣੀ ਆ ਕਿਸੇ ਨੇ ਆਹ ਕੀ ਹੋ ਗਿਆ ਹੈ ਮਤਲਬ ਕਿ ਕਿਸੇ ਛੱਤ 'ਤੇ ਟਾਕੀਆਂ ਲਾਉਣੀਆਂ ਨੇ ਤਾਂ ਲਾ ਸਕਦਾ ਆਹ ਕੰਮ ਆ चलो कोई गल नहीं ਲਾਇਆ ਕੋਈ ਮਤਲਬ ਹੁਣ ਪਾੜੀ 90 ਸਮੋਕ ਆ ਉਹ ਲਾ ਰਹੇ ਆ ਅਨਬਾਕਸਿੰਗ ਕਰ ਇਧਰੋਂ ਚੱਲਦੇ ਆ ਵੀ ਬਾਜ ਹੁਣ ਬੋਲੂ ਫੇਰ 50 ਕਰਾਉਣੇ ਪੂ ਯਾਰ 50 90 ਕਰਾਉਣੇ ਰਹੇ ਆ ਦੇਖੋ ਕਿੰਨਾ ਫਰਕ ਪਰ ਯਾਰ ਘੈਂਟ ਬੋਲ ਆ ਜਿੱਦੀ 90 ਪਰ ਕੇ ਦੇ ਆਉਣ ਲੱਗ ਗਈ ਉਹ ਹੋ ਗਈ ਗੱਲ ਹਾਂ 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 ਨਵੀਂ ਜ਼ਿੰਦਗੀ ਮਿਲੀ ਆ ਕੋਈ ਮੂਹਰੇ ਕਰਨ ਚੱਲਦੇ ਆ ਇਹਦੇ ਮੂਹਰੇ ਵੱਧ ਚੌਂਕ ਕਰੀ ਦੇਖੋ ਰਾਜੀਵ ਪ੍ਰਦੀਪ ਲੈਂਟ ਨਾਲ ਸੋਹਣਾ ਲਾਈਟ ਪ੍ਰਦੀਪ ਨਾਲ ਸੋਹਣੀ।